तेरा ही गीता
கேட்கிறாங்க எழுதிக்கலாம் பண்றாங்க. बहुत मेहरबानी, थैंक यू शुक्रगुजार हूं। तो आ जाओ एक पेट भर रहिए हमारे अगला प्रोग्राम कभी चल रहा है। तू ही मेरा, तू ही मेरा, तू ही मेरा, तू ही मेरा, तू ही मेरा।
क्योंकि तकरीबन असी 11 नूं भी कट्ठे सी, 14 नूं भी कट्ठे, 15 नूं भी कट्ठे होणे, 27 नूं भी। ਬਸ ਮੇਰੀ ਇਹੀ ਸ਼ਕਤੀ ਸੀ, ਉਹਨਾਂ ਦੀ ਸ਼ਕਤੀ ਦੇ ਨਾਲ ਅਸੀਂ ਅੱਜ ਬਹੁਤ ਹੀ ਵੱਡਾ ਮਾਣ ਗੁਰੂਆਂ ਦੀ ਬਾਣੀ ਵਿੱਚੋਂ ਬਾਣੀ ਮਿਲਦੀ ਹੈ। ਮਸਤਾਂ ਦੀ ਮੁਹੱਬਤ ਵਿੱਚੋਂ ਬਹੁਤ ਹੀ ਵੱਡੀ ਮੁਹੱਬਤ ਮਿਲਦੀ ਹੈ। ਮੁਹੱਬਤ ਵਿੱਚੋਂ ਇੱਕ ਉਹ ਦੁਨੀਆਂ ਮਿਲਦੀ ਹੈ ਜਿਹਦੇ ਵਿੱਚ ਦੁਨੀਆਂ ਸ਼ਹਿਨਸ਼ਾਹ ਦੀ ਸ਼ਕਤੀ ਮਿਲਦੀ। ਅੱਜ ਉਹ ਸ਼ਕਤੀ ਵਿੱਚੋਂ ਮੁਹੱਬਤ ਹੀ ਮਿਲੀ ਹੈ, ਮੁਹੱਬਤ ਦੀ ਉੱਪਰੋਂ ਦੁਨੀਆਂ ਵੀ ਮਿਲੀ ਹੈ। ਮੈਂ ਕਦੀ ਕਹਿ ਨਹੀਂ ਸਕਦਾ ਕਿ ਉਹਨਾਂ ਸ਼ਖਸਾਂ ਦੀ ਕਿੰਨੀ ਹੀ ਮੁਹੱਬਤ ਮਿਲੀ। ਦੂਜੀ ਗੱਲ ਮੁਹੱਬਤ ਤਾਂ ਦਿੱਤੀ, ਪਿਆਰ ਵੀ ਦਿੱਤਾ ਦੁਨੀਆਂ ਦਾ, ਅੱਜ ਉਹ ਪਿਆਰ ਵੀ ਦਿੱਤਾ ਉਹ ਦੁਨੀਆਂ ਵਾਲੀ ਤੁਸੀਂ ਬਹੁਤ ਹੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਕੇ ਗਏ, ਤੁਹਾਡੇ ਪੈਸਾ ਸ਼ੁਕਰਗੁਜ਼ਾਰ ਹਾਂ। ਸੋ ਲਓ ਤੁਹਾਡੇ ਤੁਹਾਡੀ ਕੜੀ ਖਤਮ, ਪਿੱਛੇ ਖਿਦਮਤ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਆਰਤੀ। ਇਸ ਮੌਕੇ 'ਤੇ ਪੰਡਾਲ ਵਿੱਚ ਸਾਰੀਆਂ ਸੰਗਤਾਂ ਨੇ ਸਟੇਜ ਉੱਤੇ ਆਉਣਾ ਹੈ, ਬਾਬਾ ਜੀ ਨੂੰ ਨਮਸਕਾਰ ਕਰਨੀ ਹੈ, ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ। ਕਿਉਂਕਿ ਕਰਮਾਂ ਵਾਲੀ ਕੱਟੀਆਂ ਨੇ, ਕਰਮਾਂ ਵਾਲੇ ਨੂੰ ਹੀ ਮਿਲਦੀਆਂ ਨੇ। ਤੁਹਾਡੇ ਬਹੁਤ ਹੀ ਉੱਚੇ ਔਰ ਸੁੱਚੇ ਕਰਮ ਨੇ। ਅੱਜ ਤੁਹਾਨੂੰ ਸਾਕਸ਼ਾਤ ਬਾਬਾ ਜੀ ਜੋਤ, ਬਾਬਾ ਜੀ ਨੂਰਾਨੀ ਚਿਹਰਾ, ਉਹਨੇ ਸਾਕਸ਼ਾਤ ਮੂਰਤ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ। ਕਿਉਂਕਿ 6 ਦਾ ਮਹੀਨਾ ਅੱਜ ਤੋਂ ਸ਼ੁਰੂ ਹੁੰਦਾ ਹੈ, ਬਾਬਾ ਜੀ ਦਾ ਚਾਲਾ, ਬਾਬਾ ਜੀ ਦਾ ਮੇਲਾ ਅੱਜ ਤੋਂ ਹੀ ਸ਼ੁਰੂ ਹੁੰਦਾ ਹੈ। ਵੈਸੇ ਹੁਣ ਤਾਂ ਤਕਰੀਬਨ ਪੂਰਾ ਸਾਰੇ ਲੋਕ ਬਾਬਾ ਜੀ ਦਰਬਾਰ 'ਤੇ ਜਾਂਦੇ ਹੈ, ਪਰ
ਬਜ਼ੁਰਗ ਤਕਰੀਬਨ 6 ਤੇ ਮਹੀਨੇ ਹੀ ਜ਼ਿਆਦਾ ਜਾਇਆ ਕਰਦੇ ਸਨ। ਸੋ ਇੱਕ ਵਾਰੀ ਖਿੱਚ ਕੇ ਤਾੜੀ ਕੋ ਬਹੁ ਵਰਮਾ ਜੀ ਦੀ ਮਿਹਰਬਾਨੀ। ਸੋ ਅੱਜ ਬਾਬਾ ਜੀ ਦਾ ਚਾਲਾ ਹੈ। ਸੋ ਨਾਲ ਬਾਬਾ ਜੀ ਦੀ ਸਾਕਸ਼ਾਤ ਮੂਰਤ ਤੁਹਾਡੇ ਦਰਮਿਆਨ ਅਸੀਂ ਪੇਸ਼ ਕਰਦੀ ਹੈ। ਸੋ ਆਪ ਪੇਸ਼ ਖਿਦਮਤ ਸਤਿ ਸ਼੍ਰੀ ਬਾਬਾ ਬਾਲਕ ਨਾਥ ਜੀ ਦੀ ਆਰਤੀ।